ਇੱਕ ਅਵਸਥਾ ਹੈ ਮਨੁੱਖ ਦੀ ਸਤਗੁਣ ਪ੍ਰਧਾਨ ਹੈ, ਤਮੋਗੁਣ ਪ੍ਰਧਾਨ ਹੈ, ਰਜੋਗੁਣ ਪ੍ਰਧਾਨ ਹੈ। ਥੋੜ੍ਹਾ ਇਹਨੂੰ ਸਮਝਿਓ, ਮਨੁੱਖ ਤਿੰਨ ਅਵਸਥਾ ਦੇ ਵਿੱਚ ਵਿਚਰਦਾ ਹੈ। ਇੱਕ ਹੈ ਜਾਗਰਤ ਅਵਸਥਾ, ਜਦ ਉਹਦਾ ਮਨ ਅਤੇ ਬੁੱਧੀ ਕੰਮ ਕਰ ਰਹੇ ਨੇ, ਯਾਨੀ ਰਜੋਗੁਣ ਪ੍ਰਧਾਨ। ਸਰਲ ਭਾਸ਼ਾ ਵਿੱਚ ਕਹਿਣਾ ਉਹਨੂੰ ਐਕਟੀਵਿਟੀ ਹੈ, ਕੁਛ ਨਾ ਕੁਛ ਕਰ ਰਿਹਾ, ਮਿਹਨਤ ਲੱਗਦੀ ਪਈ ਹੈ, ਰਜੋਗੁਣ ਜਾਗਰਤ ਅਵਸਥਾ। ਦੂਜੀ ਆਉਂਦੀ ਹੈ ਸਵਪਨ ਅਵਸਥਾ। ਸਵਪਨ ਅਵਸਥਾ ਉਹ ਅਵਸਥਾ ਹੈ ਜਿੱਥੇ ਮਨ ਚੱਲਦਾ ਪਿਆ, ਬੁੱਧੀ ਘੱਟ ਹੋ ਗਈ। ਮਨ ਜਦ ਚੱਲਦਾ ਪਿਆ ਕਿਹਾ ਉਹ ਸਤੋਗੁਣ ਦੀ ਅਵਸਥਾ ਹੈ, ਧਿਆਨ ਦੇਣਾ। ਕਿਉਂ? ਕੁਛ ਮਿਹਨਤ ਨਹੀਂ ਲੱਗਦੀ ਪਈ, ਜੋ ਸੋਚਦਾ ਪਿਆ ਸਭ ਪੂਰਾ ਹੋ ਰਿਹਾ ਸੁਪਨੇ ਦੇ ਸੰਸਾਰ ਦੇ ਵਿੱਚ। ਤੇ ਤੀਜੀ ਅਵਸਥਾ ਆਉਂਦੀ ਹੈ ਸੁਸ਼ੁਪਤੀ ਦੀ, ਸਖੋਪਤ ਦੀ। ਸਕੋਪਤ ਜਾਂ ਸੁਸ਼ੁਪਤੀ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਉਹ ਅਵਸਥਾ ਹੈ ਜਦ ਬੰਦਾ ਪੂਰੀ ਦੀ ਪੂਰੀ ਨੀਂਦ ਦੇ ਵਿੱਚ, ਗਹਿਰੀ ਨੀਂਦ ਦੇ ਵਿੱਚ ਚਲਾ ਜਾਂਦਾ ਹੈ। ਉਹਨੂੰ ਕਹਿੰਦੇ ਨੇ ਤਮੋਗੁਣ ਪ੍ਰਧਾਨ ਅਵਸਥਾ। ਯਾਨੀ ਮਨ ਵੀ ਨਹੀਂ ਕੰਮ ਕਰ ਰਿਹਾ, ਬੁੱਧੀ ਵੀ ਨਹੀਂ ਕੰਮ ਕਰ ਰਹੀ। ਤੇ ਇਹ ਤਮੋਗੁਣ ਅਵਸਥਾ ਜਿਹੜੀ ਹੈ, ਇਹਦੇ 'ਚ ਕੁਛ ਵੀ ਨਹੀਂ ਪਤਾ, ਕੱਟ ਗਿਆ ਸੰਸਾਰ ਤੋਂ। ਤੇ ਨਾਨਕ ਨੇ ਕਿਹਾ ਕਿ ਜਿਹੜਾ ਪਰਮਾਤਮਾ ਹੈ ਉਹ ਸਤੋਗੁਣ, ਤਮੋਗੁਣ, ਰਜੋਗੁਣ ਜਾਂ ਜਾਗਰਤ, ਸਵਪਨ, ਸੁਸ਼ੁਪਤੀ, ਇਹਨਾਂ ਤਿੰਨਾਂ ਅਵਸਥਾ ਤੋਂ ਪਾਰ ਹੈ। ਤੇ ਜੇ ਗੁਰਸਿੱਖ ਨੇ ਵੀ ਪਹੁੰਚਣਾ ਹੈ, ਆਪਣੇ ਆਤਮ ਦੇਵ ਦਾ ਦਰਸ਼ਨ ਕਰਨਾ ਹੈ, ਤੇ ਉਹਨੂੰ ਵੀ ਤੁਰੀਆ ਅਵਸਥਾ, ਚੌਥੀ ਅਵਸਥਾ ਦੇ ਵਿੱਚ ਪਹੁੰਚਣਾ ਪੈਣਾ ਹੈ। ਇਸ ਲਈ ਜਿਹੜੀ ਮਾਤਰਾ ਦਿੱਤੀ ਉਹ ਖੋਲ ਛੜੀ ਅੱਗੇ। ਖੋਲਣ ਦਾ ਭਾਵ ਕੀ ਹੈ? ਉਹ ਅਮਾਤਰਾ ਹੈ, ਮਾਤਰਾ ਨਹੀਂ, ਅਮਾਤਰਾ। ਪਰਮਾਤਮਾ ਦੀ ਕੋਈ ਮਾਤਰਾ ਨਹੀਂ ਹੋ ਸਕਦੀ, ਪਰਮਾਤਮਾ ਨੂੰ ਤੁਸੀਂ ਕਿਸੇ ਚੀਜ਼ ਦੇ ਨਾਲ ਮਾਪ ਨਹੀਂ ਸਕਦੇ, ਇਸ ਲਈ ਅਮਾਤਰਾ ਕਰੀ, ਇਸ ਲਈ ਅਨਹਦ ਬੋਲਿਆ। ਆਇਆ ਨਾ ਜਾਗਰਤ ਸੁਪਨ ਖੋਪਤ ਤੁਰਿਆ, ਆਤਮ ਭੂਤ ਕੀ ਇਹ ਤੇਰੀ ਪੁਰੀਆ। ਜੇ ਆਤਮ ਦੇਵ ਦਾ ਦਰਸ਼ਨ ਕਰਨਾ ਹੈ ਤੇ ਇਹਨਾਂ ਤਿੰਨਾਂ ਅਵਸਥਾਵਾਂ ਤੋਂ ਜੇ ਪਾਰ ਜਾਏਗਾ, ਤਦੇ ਦਰਸ਼ਨ ਲੈ ਪਾਏਗਾ, ਤਦੇ ਉਸ ਪਰਮਾਤਮ ਤੱਤ ਨੂੰ ਜਾਣ ਪਾਏਗਾ, ਤਦੇ ਆਪਣੀ ਵਿਦਿਆ ਨੂੰ ਕੱਟ ਪਾਵੇਗਾ। ਤੇ ਤਿੰਨ ਅਵਸਥਾ ਤੋਂ ਜਦ ਪਾਰ ਗਿਆ, ਸਮਾਧੀ ਦੀ ਅਵਸਥਾ ਦੇ ਵਿੱਚ ਆਇਆ, ਤੁਰਿਆ ਦੇ ਵਿੱਚ ਆਇਆ, ਤੇ ਫਿਰ ਪਰਮਾਤਮ ਤੱਤ ਤੇ ਜੀਵ ਤੱਤ ਦੇ ਵਿੱਚ ਜਿਹੜੀ ਅਵਿਧਿਆ ਸੀ ਉਹ ਖਤਮ ਹੋ ਗਈ।